ਚੰਗਾ ਜੀ ਅੱਜ ਫਾਈਨਲੀ ਡ੍ਰੀਮ ਕਮ ਟਰੂ ਹੋਇਆ ਮੈਂ ਇੰਡੀਆ ਜਾ ਰਿਹਾ ਸਾਡੇ ਵੱਲੋਂ ਤੁਹਾਨੂੰ ਜਾਂਦੀ ਵਾਰ ਦਾ ਸਲਾਮ ਲਓ ਵੀ ਮਿੱਤਰੋ ਚੱਲੇ ਸਾਡੇ ਵੀਰ ਹੁਣ ਆਪਾਂ ਸੈਲਫੀ ਸਟਿੱਕ ਖਰੀਦ ਲਈ ਆ ਓ ਮਗਰ ਭਾਅ ਜੀ ਖਾਣ ਪੀਣ ਨੂੰ ਖਰੀਦ ਰਿਹਾ ਕੁਛ ਕੀ ਖਰੀਦਿਆ ਸੋ ਇਸ ਟਾਈਮ ਆਪਾਂ ਹੈਗੇ ਹਾਂ ਓਕਲੈਂਡ ਦੇ ਏਅਰਪੋਰਟ ਤੇ ਕਾਲਾ ਜਹਾਜ਼ ਖੜਾ ਹੈ ਦੇਖੋ ਉਹ ਆ ਨੀ ਪਰਲਾ ਪਰਲਾ ਸਾਡਾ ਜਹਾਜ਼ ਹੈ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਜਹਾਜ਼ ਦੇ ਵਿੱਚ ਆਪਾਂ ਹੈਗੇ ਹਾਂ ਜਹਾਜ਼ 2 ਮਿੰਟ ਲਈ ਫੋਨ ਔਨ ਕੀਤਾ ਵਾ ਤਾਂ ਜੋ ਵੀਡੀਓ ਬਣ ਜੇ ਅਲਾਊਡ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚ ਗਏ ਹਾਂ ਚਾਈਨਾ ਅਤੇ ਆਪਾਂ ਲੰਮੇ ਪਏ ਹੋਏ ਹਾਂ ਭੁੰਜੇ ਲੰਮੇ ਪਏ ਹਾਂ ਭੁੰਜੇ ਵੇਖੋ ਭੁੰਜੇ ਲੰਮੇ ਪਏ ਹਾਂ ਅਤੇ ਆਹ ਹੈਗਾ ਆਪਣਾ ਅੱਛਾ ਅਤੇ ਆਪਾਂ ਹੁਣ ਕਿੱਥੇ ਬੈਠੇ ਹਾਂ ਅੱਛਾ ਅਤੇ ਆਪਾਂ ਹੁਣ ਕਿੱਥੇ ਬੈਠੇ ਹਾਂ ਕਿਹੜੀ ਜਗ੍ਹਾ 'ਚ ਬੈਠੇ ਹਾਂ ਇਹ ਬੱਸ ਚੱਲੀ ਆ ਉੱਧਰ ਕਿੱਧਰ ਨੂੰ ਚੱਲੀ ਬੱਸ ਦਿੱਲੀ ਨੂੰ ਚੱਲੀ ਬੱਸ ਦਿੱਲੀ ਨੂੰ ਸਿੱਧੀ ਬੱਸ ਜਾ ਰਹੀ ਆ ਇਹ ਜਿਹੜੀ ਬਾਦਲ ਨਵੀਂ ਬੱਸ ਬਣਾਈ ਇੱਕ ਤਾਂ ਪਾਣੀ 'ਚ ਜਿਹੜੀ ਚੱਲਦੀ ਆ ਹੁਣ ਉੱਡਦੀ ਵੀ ਆ ਬੱਸ ਇਹ ਨਵੀਂ ਅਸੀਂ ਪਹੁੰਚ ਗਏ ਹਾਂ ਜੀ ਹੁਣ ਦਿੱਲੀ ਏਅਰਪੋਰਟ 'ਤੇ ਅਤੇ ਇਹ ਬਾਈ ਜੀ ਸਾਨੂੰ ਲੈਣ ਆਏ ਆ ਇੱਕ ਟੈਕਸੀ ਕਰਾਈ ਸੀ ਆਪਾਂ ਆਹ ਬਾਈ ਜੀ ਆ ਗਏ ਆ ਅਤੇ ਠੰਡ ਠੰਡ ਮਹਿਸੂਸ ਨਹੀਂ ਹੋ ਰਹੀ ਇੰਨੀ ਠੰਡ ਇੰਨੀ ਮਹਿਸੂਸ ਨਹੀਂ ਹੋ ਰਹੀ ਅਤੇ 3 ਮਿੰਟਸ ਟੂ ਨਿਊ ਈਅਰ ਬ੍ਰੋ ਨਾਤੇ ਪਰਚਾ ਪਿਆ ਕੱਲ 26 ਦਾ ਦਿੱਲੀ ਪਹੁੰਚ ਗਏ ਜੀ ਆਪਾਂ ਦਿੱਲੀ ਯਾਰ ਮੈਨੂੰ ਤਾਂ ਪਸੀਨੇ ਆਉਂਦੇ ਗਰਮੀ ਆਉਂਦੀ ਆਉਂਦੇ ਸਭ ਪੰਜਾਬੀ ਗਾਣੇ ਲੱਗ ਗਏ ਨੇ ਇਨੋਵਾ ਗੱਡੀ ਕੀਤੀ ਹੋਈ ਆ ਆਪਾਂ ਬਾਈ ਜੀ ਬਾਹਰ ਖੜੇ ਹੋਏ ਨੇ ਭਾਜੀ ਲੈਣ ਆਏ ਸਾਨੂੰ ਹਾਂਜੀ ਹਾਂਜੀ ਭਾਜੀ ਲੈਣ ਆਏ ਉਹ ਜਿਹੜੇ ਭਾਜੀ ਨੂੰ ਲੈਣ ਆਏ ਆ ਚੰਗਾ ਜੀ ਸਰ ਬਾਹਲੀ ਗਰਮੀ ਆ
ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਹਾਂ ਆਪਣਾ ਸ਼ਹਿਰ ਕਪੂਰਥਲਾ ਸ਼ਹਿਰ। ਐਕਸਾਈਟਮੈਂਟ ਹੋ ਗਈ ਆ, ਘਰੇ ਕੁਛ ਨਹੀਂ ਦੱਸਿਆ ਅਤੇ ਪਹਿਲਾਂ ਆਪਾਂ ਚੱਲੇ ਹਾਂ ਭਾਜੀ ਘਰ, ਪਹਿਲਾਂ ਆਪਾਂ ਚੱਲੇ ਹਾਂ ਭਾਜੀ ਦੇ ਘਰ ਅਤੇ ਇਹਨਾਂ ਘਰ ਪਤਾ ਵਾ ਪਰ ਮੇਰਾ ਨਹੀਂ ਪਤਾ ਕਿੰਨੇ ਆਉਣਾ ਵਾ, ਸੋ ਇੱਕ ਉੱਥੇ ਸਰਪ੍ਰਾਈਜ਼ ਦੇਣਾ, ਫਿਰ ਮੈਂ ਆਪਣੇ ਘਰ ਜਾਣਾ ਸਰਪ੍ਰਾਈਜ਼ ਦੇਣਾ, ਸੁੱਤੇ ਹੋਣੇ ਆ ਜਾ ਕੇ ਠਾਉਣਾ ਉਹਨਾਂ ਨੂੰ ਨਵੇਂ ਸਾਲ 'ਤੇ ਗਿਫਟ ਕਰ ਦੇਣਾ। ਕੁਰਸੀ ਲੈ ਕੇ ਬਾਹਰ ਕੋਈ ਬੈਠਾ ਕਿਆ ਤੂੰ ਮਿੱਤਰ ਜਾ ਮੈਨੂੰ ਵੇਖ ਕੇ ਦੱਸ, ਮੈਂ ਆ ਇੰਨਾ ਘੁੰਮ ਕੇ ਐਕਸਾਈਟਡ ਮੈਂ ਏਡਾ ਹੋ ਗਿਆ ਅੱਜ। ਸੋ ਅੱਜ ਨਿਊ ਈਅਰ 'ਤੇ ਮੈਂ ਘਰਦਿਆਂ ਨੂੰ ਮਿਲਣ ਲੱਗਾ ਵਾਂ 2 ਸਾਲ ਬਾਅਦ, ਅਤੇ ਫੀਲਿੰਗ ਗੇਟ ਖੁੱਲ੍ਹ ਗਿਆ ਆ ਜਾ ਪਿੱਛੋਂ ਦੀ ਹੁੰਦਾ ਮੈਂ ਪਿੱਛੋਂ ਦੀ ਉੱਪਰ ਬੈਠੇ ਉੱਪਰ ਥੱਲੇ ਬੈਠੇ
ਪਾਸਪੋਰਟ ਬਹੁਤ ਚੱਲਦਾ ਆ ਯਾਰ ਇਹਨੇ ਤੇ ਮੇਰੇ ਤੋਂ ਪਹਿਲਾਂ ਦੀ ਟਿਕਟ ਕਰਾਈ ਹੋਈ ਆ ਜਾ ਗਿਆ ਉਹ ਦਾ ਚਲੋ ਮੈਂ ਰੋਕੀ ਹੋਣਾ ਸੀਗਾ ਇਹਨੇ ਮੇਰੇ ਤੋਂ ਪਹਿਲਾਂ ਟਿਕਟ ਕਰਾਈ ਹੋਈ ਸੀ ਇਹਦਾ ਕਰਕੇ ਮੈਂ ਆਇਆ ਦੱਸਣ ਨਹੀਂ ਗਿਆ ਸੀ ਆਇਆ ਉਹ ਕਿੱਦਾਂ ਦਾ ਰੁਪਈਆ ਨੂੰ ਦੱਸਦੇ ਆਈ ਦਾ ਆਇਆ ਉਹ ਵੀ ਦੱਸਦਾ ਫਿਰ ਆਪਣੇ ਤੋਂ ਦਾ ਮੈਨੂੰ